ਬੋਰਡ ਦੇ ਵੱਲੋਂ ਪੰਜਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਨੇ ਔਰ ਬੜੇ ਹੀ ਸ਼ਾਨਦਾਰ ਨਤੀਜੇ ਸਾਹਮਣੇ ਆਏ ਨੇ 632 ਵਿਦਿਆਰਥੀਆਂ ਨੇ ਪੂਰੇ ਅੰਕ ਹਾਸਲ ਕੀਤੇ ਨੇ ਬਿਲਕੁਲ ਸਹੀ ਸੁਣਿਆ ਤੁਸੀਂ 500 ਤੋਂ 500 ਅੰਕ ਹਾਸਲ ਕੀਤੇ ਨੇ ਔਰ ਜਿਹੜੇ ਬੱਚਿਆਂ ਨੇ ਟੌਪ ਕੀਤਾ ਹੈ ਟੌਪ 3 ਦੀ ਸੂਚੀ ਦੇ ਵਿੱਚ ਜਿਨ੍ਹਾਂ ਬੱਚਿਆਂ ਦਾ ਨਾਮ ਆਇਆ ਹੈ ਬੇਹਦ ਖੁਸ਼ੀ ਹੋਏਗੀ ਤੁਹਾਨੂੰ ਸੁਣ ਕੇ ਦੋ ਧੀਆਂ ਤੇ ਇੱਕ ਪੁੱਤਰ ਯਾਨੀ ਕਿ ਦੋ ਕੁੜੀਆਂ ਤੇ ਇੱਕ ਮੁੰਡੇ ਨੇ ਇਹ ਪਹਿਲੇ ਆਮਾਦੀ ਸੂਚੀ ਦੇ ਵਿੱਚ ਆਪਣੀ ਥਾਂ ਬਣਾਈ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਨਾ ਤਿੰਨੇ ਹੋਣਹਾਰ ਲਾਇਕ ਬੱਚਿਆਂ ਦੀ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਸਿਰ ਮਾਣ ਦੇ ਨਾਲ ਉੱਚਾ ਕੀਤਾ ਗਰਵ ਦੇ ਨਾਲ ਉੱਚਾ ਕੀਤਾ ਔਰ ਤਸਵੀਰ ਤੁਹਾਨੂੰ ਇਹਨਾਂ ਤਿੰਨੇ ਬੱਚਿਆਂ ਦੀ ਦਿਖਾਉਂਦੇ ਆ ਔਰ ਕਮੈਂਟਾਂ ਦੇ ਵਿੱਚ ਇਹਨਾਂ ਦੀ ਇਹਨਾਂ ਦੇ ਪਰਿਵਾਰ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਧੀ ਜਿਹੜੀ ਤੁਸੀਂ ਦੇਖ ਰਹੇ ਹੋ ਪਹਿਲੇ ਨੰਬਰ ਤੇ ਜਿਸ ਦਾ ਨਾਮ ਜਸਪ੍ਰੀਤ ਕੌਰ ਲਿਖਿਆ ਹੋਇਆ ਹੈ ਪਿਤਾ ਜਰਨੈਲ ਸਿੰਘ ਇਸ ਨੇ 500 ਚੋਂ 500 ਅੰਕ ਹਾਸਲ ਕਰਕੇ 100% ਅੰਕ ਹਾਸਲ ਕਰਕੇ ਪਰਿਵਾਰ ਔਰ ਸਕੂਲ ਦਾ ਨਾਮ ਉੱਚਾ ਕੀਤਾ ਹੈ ਤਸਵੀਰ ਦੇਖੋ ਇਸ ਧੀ ਦੀ ਇਸ ਬੱਚੀ ਦੀ ਸਰਕਾਰੀ ਸਕੂਲ ਦੇ ਵਿੱਚ ਪੜਦੀ ਹੈ ਬੱਚੀ 100% ਅੰਕ ਲੈ ਕੇ ਆਈ ਹੈ 500 ਚ 500 ਅੰਕ ਕਿਸ ਨੇ ਹਾਸਲ ਕੀਤੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਾਂਸਾ ਦੇ ਵਿੱਚ ਇਹ ਬੱਚੀ ਪੜਦੀ ਸੀ ਔਰ ਬਹੁਤ ਵਾਰ ਐਕਸਕਿਊਜ਼ਸ ਦਿੱਤੇ ਜਾਂਦੇ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪੜਾਉਣਾ ਚਾਹੀਦਾ ਤੇ ਇਹ ਦੇਖੋ ਇਹ ਵੀ ਉਹ ਧੀ ਹੈ ਇਹੀ ਉਹ ਬੱਚੀ ਹੈ ਜਿਸ ਨੇ ਸਰਕਾਰੀ ਸਕੂਲ ਦੇ ਵਿੱਚ ਹੀ ਸਿੱਖਿਆ ਹਾਸਲ ਕੀਤੀ ਔਰ ਸ਼ਾਨਦਾਰ ਨਤੀਜਾ ਜਿਹੜਾ ਸਾਹਮਣੇ ਤੁਹਾਡੇ ਹੈ ਔਰ ਅਗਲਾ ਨਾਮ ਇੱਕ ਹੋਰ ਧੀ ਹੈ ਇੱਕ ਹੋਰ ਕੁੜੀ ਹੈ ਨਵਦੀਪ ਕੌਰ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਪਿਤਾ ਦਾ ਨਾਮ ਕਰਮਜੀਤ ਸਿੰਘ 500 ਵਿੱਚੋਂ 500 ਅੰਕ ਹਾਸਲ ਕੀਤੇ ਨੇ 100% ਅੰਕ ਨਵਦੀਪ ਕੌਰ ਨੇ ਹਾਸਲ ਕੀਤੇ ਨੇ ਔਰ ਇਹ ਬੱਚੀ ਵੀ ਮਾਨਸਾ ਦੇ ਹੀ ਸਰਕਾਰੀ ਸਕੂਲ ਦੀ ਹੈ ਤਸਵੀਰ ਤੁਸੀਂ ਦੇਖੋ ਬੇਹਾਦੇ ਮਾਣ ਵਾਲੀ ਗੱਲ ਹੈ ਔਰ ਤੀਸਰਾ ਨਾਮ ਗੁਰਨੂਰ ਸਿੰਘ ਧਾਲੀਵਾਲ ਦਾ ਹੈ ਗੁਰਨੂਰ ਸਿੰਘ ਧਾਲੀਵਾਲ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਪਰ ਇਸ ਬੱਚੇ ਦੇ ਵੀ 500 ਵਿੱਚੋਂ 500 ਅੰਕ ਨੇ ਨੂਰ ਦੇ ਪਿਤਾ ਦਾ ਨਾਮ ਭਗਤ ਸਿੰਘ ਢਾਲੀਵਾਲ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਨਵੈਂਟ ਸਕੂਲ ਦੇ ਵਿੱਚ ਫਰੀਦਕੋਟ ਦੇ ਸਕੂਲ ਦੇ ਵਿੱਚ ਇਹ ਬੱਚਾ ਸਿੱਖਿਆ ਹਾਸਲ ਕਰ ਰਿਹਾ ਸੀ ਔਰ ਬੇहद ਮਾਣ ਵਾਲੀ ਗੱਲ ਹੈ ਔਰ ਇਹ ਤੁਸੀਂ ਦੇਖੋ ਕਿ ਸਰਕਾਰੀ ਸਕੂਲ ਵਿੱਚ ਪੜਦੀਆਂ ਦੋ ਧੀਆ ਨੇ ਕਿਆ ਸ਼ਾਨਦਾਰ ਨਤੀਜੇ ਇੱਥੇ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਹਾਸਲ ਕੀਤੇ ਨੇ ਔਰ ਪਰਿਵਾਰ ਦਾ ਸਕੂਲ ਦਾ ਮਾਨ ਸੇ ਦਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਔਰ ਬੇहद ਇੱਕ ਖੁਸ਼ੀ ਦੀ ਗੱਲ ਹੈ ਕਿ ਐਤਕੀ ਪੰਜਵੀਂ ਦੇ ਨਤੀਜਿਆਂ ਦੇ ਵਿੱਚ 632 ਬੱਚਿਆਂ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ ਨੇ ਇਸ ਤੋਂ ਬਾਅਦ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਬਹੁਤ ਵਾਰ ਕਿਹਾ ਜਾਂਦਾ ਹੈ ਕਿ ਬੱਚੇ ਅੱਜਕੱਲ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਆਉਂਦੇ ਨੇ ਤਾਂ ਪੜ੍ਹਾਈ ਭੁੱਲ ਜਾਂਦੇ ਨੇ ਪਰ ਇਹ ਦੇਖੋ ਜਿਸ ਨੇ ਪੜ੍ਹਨਾ ਹੈ جس نے کچھ کر کے دکھانا ہے اس نے دکھا ہی دینا انند کیج نے ثابت کر ਦਿੱਤਾ ہے ایک بار پھر تو ਤੁਹਾਨੂੰ স্ক্রین ਤੇ ਇਹਨਾਂ ਤਿੰਨੇ ਬੱਚਿਆਂ ਦੀ ਤਸਵੀਰ ਦਿਖਾ ਦਿੰਨੇ ਆ ਕਮੈਂਟਾਂ ਚ ਇਹਨਾਂ ਦੀ ਹੌਸਲਾ افزਾਈ ਇੱਕ ਵਾਰ ਜ਼ਰੂਰ ਕਰ ਦਿਓ ਬੇहद لازمی ਹੈ ਇਹਨਾਂ ਨੂੰ ਸ਼ਾਬਾਸ਼ੀ ਦੇਣੀ ਔਰ ਇਹਨਾਂ ਦੇ ਪਰਿਵਾਰ ਤੱਕ ਇਹ ਜ਼ਰੂਰ ਤੁਹਾਡੇ ਕਮੈਂਟ ਪਹੁੰਚਣੇ ਚਾਹੀਦੇ ਨੇ ਨਾ ਬੱਚੀਆਂ ਦੀ ਔਰ ਗੁਰਨੂਰ ਦੀ ਹੌਸਲਾ افزਾਈ ਜ਼ਰੂਰ ਕਰਿਓ ਮੁਬਾਰਕਬਾਦ ਜ਼ਰੂਰ ਦਿਓ 500 ਵਿੱਚੋਂ 500 ਅੰਕ ਹਾਸਲ ਕੀਤੇ ਨੇ 100% ਅੰਕ ਹਾਸਲ ਕਰਨਾ ਇਹ ਬਹੁਤ ਮਾਣ ਦੀ ਗੱਲ ਹੈ ਔਰ ਤਸਵੀਰ ਤੁਸੀਂ ਦੇਖੋ 5ਵੀਂ ਜਮਾਤ ਦੇ ਰਿਜ਼ਲਟਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਤੀਜੇ ਐਲਾਨੇ ਨੇ 5ਵੀਂ ਜਮਾਤ ਦੇ ਔਰ ਬੇਹਦ ਸ਼ਾਨਦਾਰ ਕਮਾਲ ਦੇ ਨਤੀਜੇ ਸਾਹਮਣੇ ਆਏ ਨੇ ਔਰ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ 632 ਵਿਦਿਆਰਥੀ ਜਿਹੜੇ ਨੇ ਜਿਨ੍ਹਾਂ ਨੇ 100% ਅੰਕ ਹਾਸਲ ਕੀਤੇ ਨੇ ਵੱਡੀ ਗੱਲ ਹੈ 500 ਵਿੱਚੋਂ 500 ਅੰਕ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ਕੋਈ ਕਮੀ ਨਹੀਂ ਕੋਈ ਗਲਤੀ ਨਹੀਂ ਅੱਧਾ ਅੰਕ ਵੀ ਨਹੀਂ ਕਟਿਆ ਔਰ 500 ਵਿੱਚੋਂ 500 ਨੰਬਰ ਆਏ ਨੇ 100% ਇਹ ਜੋ ਨਤੀਜਾ ਤੁਸੀਂ ਦੇਖ ਰਹੇ ਹੋ 100% ਅੰਕ 632 ਵਿਦਿਆਰਥੀਆਂ ਨੇ ਹਾਸਲ ਕੀਤੇ ਨੇ ਪਰ ਇਹ ਤਿੰਨ ਬੱਚੇ ਜਿਨ੍ਹਾਂ ਦੀ ਤਸਵੀਰ ਤੁਸੀਂ ਸਕਰੀਨਸ ਤੇ ਦੇਖ ਰਹੇ ਹੋ ਕਮਾਲ ਦੇ ਨਤੀਜੇ ਔਰ ਦੋ ਬੱਚੀਆਂ ਜਿਨ੍ਹਾਂ ਨੇ ਪਹਿਲੀ ਅਤੇ ਦੂਸਰੀ ਪੋਜੀਸ਼ਨ ਹਾਸਲ ਕੀਤੀ ਹੈ ਦੋਵੇਂ ਬੱਚੀਆਂ ਮਾਨਸਾ ਦੇ ਸਰਕਾਰੀ ਸਕੂਲ ਦੀਆਂ ਪੜ ਰਹੀਆਂ ਨੇ ਔਰ ਸਰਕਾਰੀ ਸਕੂਲ ਤੋਂ ਇਹਨਾਂ ਨੇ ਪੰਜਵੀਂ ਕੀਤੀ ਹੈ ਦੋਵਾਂ ਨੇ ਸ਼ਾਨਦਾਰ ਨਤੀਜਾ ਲੈ ਕੇ ਸਕੂਲ ਦਾ ਮਾਨਸਾ ਜ਼ਿਲ੍ਹੇ ਦਾ ਪਰਿਵਾਰ ਦਾ ਔਰ ਪੰਜਾਬ ਦਾ ਮਾਣ ਵਧਾਇਆ ਔਰ ਜ਼ਰੂਰ ਇਹਨਾਂ ਨੂੰ ਕਮੈਂਟਾਂ ਚ ਮੁਬਾਰਕਬਾਦ ਦਿਓ ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ